ਸਾਡੀ ਹਰ ਲੇਟੈਸਟ ਵੀਡੀਓ ਬਾਰੇ ਨੋਟੀਫਿਕੇਸ਼ਨ ਲਈ ਪ੍ਰੈਸ ਕਰੋ ਬੈਲ ਆਈਕਨ ਅਤੇ ਸਬਸਕ੍ਰਾਈਬ ਕਰੋ ਦਾ ਫਿਲਮਸ ਨੂੰ ਦਾ ਫਿਲਮਸ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅਸੀਂ ਨਾ ਦੂਰੋ ਇੱਕ ਬੰਦੇ ਨੂੰ ਦੇਖ ਲਿਆ ਤੇ ਅਸੀਂ ਉਹਨਾਂ ਨੂੰ ਹੁਣ ਨਾ ਡਿਸਟਰਬ ਕਰਨ ਜਾ ਰਹੇ ਹਾਂ ਬੜੇ ਆਰਾਮ ਨਾਲ ਬੈਠੇ ਰਿਲੈਕਸ ਹੋ ਕੇ ਬੈਠੇ ਪਰ ਅਸੀਂ ਫੜ ਲੈਣਾ ਹੁਣ ਉਹਨਾਂ ਕੋਲ ਜਾ ਕੇ ਉਹ ਬੜਾ ਭੱਜਦੇ ਆ ਕੈਮਰੇ ਦੇ ਸਾਹਮਣੇ ਆਨ ਤੋਂ ਨਹੀਂ ਨਹੀਂ ਫੜਿਆ ਨਾ ਚਲੋ ਪਾ ਤੁਹਾਡੇ ਨਾਲ ਆਰਾਮ ਨਾਲ ਬਹਿ ਜਾਂਦੇ ਤੇ ਤੁਹਾਡੇ ਨਾਲ ਗੱਲਬਾਤ ਕਰ ਤੁਸੀਂ ਚਾਹ ਪੀ ਰਹੇ ਹੋ ਤੁਸੀਂ ਪੀਓ ਇਰੇ ਲਈ ਚਾਹ ਰੱਖੀ ਹੈ ਤੁਸੀਂ ਚਮਚਾ ਵੀ ਇਹ ਚੀਨੀ ਖੋਲੋ ਤੁਸੀਂ ਪਾਈ ਨਹੀਂ ਨਹੀਂ ਪਾਤੀ ਵਿੱਚ ਬਸ ਖੋਲੋ ਅੱਛਾ ਬਸ ਇਹਨੂੰ ਇਦਾਂ ਹੀ ਕਰਨਾ ਹੈ ਬਸ ਅੱਛਾ ਤੁਸੀਂ ਮੇਰਾ ਇੰਟਰਵਿਊ ਲੈ ਰਹੇ ਹੋ ਮੈਂ ਤੁਹਾਡਾ ਲੈ ਰਹੀ ਹਾਂ ਮੈਂ ਤੁਹਾਡਾ ਇੰਟਰਵਿਊ ਲੈਣਾ ਤੁਸੀਂ ਬਾਕੀ ਲੋਕਾਂ ਦਾ ਇੰਟਰਵਿਊ ਲੈਂਦੇ ਹੋ ਮੈਂ ਤੁਹਾਡਾ ਲੈਣਾ ਚਲੋ ਠੀਕ ਹੈ ਜੀ ਫਿਰ ਪਹਿਲਾ ਸਵਾਲ ਚਾਹ ਦੱਸੋ ਪਹਿਲਾਂ ਕਿਵੇਂ ਦੀ ਚਾਹ ਪੀ ਕੇ ਦੱਸਾਂਗੇ ਚੀਨੀ ਠੀਕ ਹੈ ਚੀਨੀ ਬਹੁਤ ਹੋ ਗਈ ਆ ਬਰ ਠੰਡੀ ਹੋ ਗਈ ਓਹੋ ਸ਼ਿਟ ਅਪਾ ਹੁਣੇ ਗੱਲਾਂ ਬਾਤਾਂ ਇੰਟਰਵਿਊ ਕਰਦੇ ਆਂ ਆਪਾਂ ਅੱਗ ਲਾ ਦੇਣੀ ਐ ਅੱਗ ਲਾ ਇਹਨਾਂ ਨੇ ਤੁਹਾਨੂੰ ਪਹਿਲੇ ਦੱਸ ਦਿੱਤਾ ਕਿ ਆਪਾਂ ਅੱਗ ਲਾ ਦੇਣੀ ਐ ਸਤਿ ਸ਼੍ਰੀ ਅਕਾਲ ਬੰਟੀ ਬੈਂਸ ਜੀ ਸਤਿ ਸ਼੍ਰੀ ਅਕਾਲ ਜੀ ਵੈਸੇ ਅੱਗ ਆਪਾਂ ਪਹਿਲਾਂ ਹੀ ਲਾਈ ਹੋਈ ਐ ਤੇ ਪਿੱਛੇ ਸਾਡਾ ਗਾਣਾ ਆਇਆ ਤੀਜੇ ਵੀਕ ਉਹਨੇ ਪੂਰੀ ਅੱਗ ਲਾਈ ਹੋਈ ਐ ਬਿਲਕੁਲ ਜੀ ਤੁਸੀਂ ਵੀ ਸੁਣਿਆ ਸਾਰਿਆਂ ਨੇ ਸੁਣਿਆ ਤੇ ਅੱਗ ਆਪਾਂ ਲਾ ਕੇ ਰੱਖਣੀ ਐ ਇਦਾਂ ਹੀ ਬੜੇ ਟਾਈਮ ਤੋਂ ਬੜੇ ਸਾਲਾਂ ਤੋਂ ਲਾਈ ਹੋਈ ਐ ਤੇ ਅੱਗੇ ਵੀ ਲਾ ਕੇ ਰੱਖਾਂਗੇ ਬਸ ਪਾਣੀ ਪੈ ਜਾਂਦਾ ਕਰੇ ਕਰੇ ਪਾਣੀ ਕਿੱਦਾਂ ਪੈ ਜਾਂਦਾ ਐ ਪਾਣੀ ਕਰੇ ਕਰੇ ਪਿਆ ਜਾਂਦਾ ਬਸ ਆਪੇ ਹੀ ਆਪਣੀ ਹਰਕਤਾਂ ਕਰਕੇ ਅੱਛਾ ਵੈਸੇ ਇਦਾਂ ਹੁੰਦਾ ਹੈ ਹਨਾ ਕਿ ਜਦੋਂ ਤੁਸੀਂ ਗਰੋ ਕਰਦੇ ਹੋ ਜਾਂ ਜਦੋਂ ਤੁਸੀਂ ਅੱਗੇ ਵੱਧ ਰਹੇ ਹੁੰਦੇ ਹੋ ਬਹੁਤ ਸਾਰੇ ਲੋਕ ਹੀ ਹੁੰਦੇ ਜਿਹੜਾ ਤੁਹਾਡਾ ਸਾਥ ਦਿੰਦੇ ਆ ਬਟ ਬਹੁਤ ਸਾਰੇ ਲੋਕ ਹੀ ਹੁੰਦੇ ਨੇ ਜਿਹੜੇ ਤੁਹਾਡੀ ਲੱਤਾਂ ਵੀ ਖਿੱਚਦੇ ਆ ਐਸਾ ਕੋਈ ਐਕਸਪੀਰੀਅੰਸ ਨਹੀਂ ਐਦਾਂ ਦਾ ਕੁਝ ਨਹੀਂ ਲੱਤਾਂ ਤਾਂ ਹਮੇਸ਼ਾ ਹੀ ਸਾਰੇ ਹਰੇਕ ਫੀਲਡ 'ਚ ਖਿੱਚਦੇ ਰਹਿੰਦੇ ਨੇ ਸਾਰੇ ਹੁਣ ਦੇਖੋ ਮੈਂ ਸੀਰੀਅਸ ਹੋ ਕੇ ਇੰਟਰਵਿਊ ਦੇਣ ਲੱਗਿਆ ਪਹਿਲਾਂ ਵਧੀਆ ਹੱਸੀ ਖੇਡ ਜਾਂਦਾ ਸੀ ਜਦੋਂ ਕੈਮਰਾ ਬੰਦ ਸੀ ਉਹ ਤਾਂ ਹਰੇਕ ਫੀਲਡ 'ਚ ਹੀ ਹੁੰਦਾ ਲੱਤਾਂ ਖਿੱਚਣ ਵਾਲਾ ਤਾਂ ਜਦੋਂ ਤੁਹਾਡਾ ਕੋਈ ਕੰਮ ਸਲੋ ਹੁੰਦਾ ਜਿਵੇਂ ਮੈਂ ਆਪਣੇ ਆਪ ਨੂੰ ਦੱਸਾਂ ਵੀ ਜਦੋਂ ਪਿਛਲੇ ਸਾਲ 2017 ਚ ਕੰਮ ਕਾਟ ਨਹੀਂ ਕੀਤਾ ਸਲੋ ਕੀਤਾ ਤਾਂ ਉਹ ਆਪਣੇ ਆਪ ਕਰਕੇ ਹੀ ਸੀਗਾ ਵੀ ਆਪ ਉਹਨਾਂ ਤੇ ਧਿਆਨ ਨਹੀਂ ਦਿੱਤਾ ਤੇ ਆਪ ਵਾਰਾ ਕਰਦੀਆਂ ਤੇ ਰਹੇ ਸਾਬਜੀ ਤੇ ਕੰਮ ਫਿਰ ਠੰਡਾ ਸੀਗਾ ਥੋੜਾ ਜਿਹਾ ਪਰ ਸੋਚਿਆ ਜੀ 2018 ਚ 2-3 ਮਹੀਨੇ ਪਹਿਲਾਂ ਬੋਲਣਾ ਸ਼ੁਰੂ ਕਰਤਾ ਸੀ ਕਿ 2-3 ਮਹੀਨਿਆਂ ਵਿੱਚ ਕੁਝ ਵੀ ਹੋ ਸਕਦਾ ਹੈ ਭਈਆ ਤੇ ਫਿਰ ਉਸ ਤਰੀਕੇ ਨਾਲ ਸ਼ੁਰੂ ਕੀਤਾ ਤੇ ਠੀਕ ਚੱਲ ਰਿਹਾ ਹੁਣ ਓਕੇ ਰਿਪੋਰਟ ਬਹੁਤ ਵਧੀਆ ਚੱਲ ਰਿਹਾ ਹੈ ਹਾਂ ਵਧੀਆ ਚੱਲ ਰਿਹਾ ਬੰਦਾ ਪਰਮਾਤਮਾ ਦੀ ਕਿਰਪਾ ਸਰੋਤਿਆਂ ਦਾ ਪਿਆਰ ਸਾਰਿਆਂ ਦਾ ਤੇ ਬਹੁਤ ਰੇਣੀਆਂ ਮੈਂ ਮੱਥਾ ਟੇਕਦਾ ਸਾਰਿਆਂ ਨੂੰ ਤੇ ਜਿੱਦੇ ਕੋਸ਼ਿਸ਼ ਹੁੰਦੀ ਆ ਮਿਹਨਤ ਹੁੰਦੀ ਆ ਬਾਕੀ ਤਾਂ ਫਿਰ ਮਤਲਬ ਬਾਬਾ ਜੀ ਦੇ ਹੱਥ ਆ ਬਾਕੀ ਜਦੋਂ ਬੰਦਾ ਰੱਬ ਨੂੰ ਟੱਬ ਦੱਸਦਾ ਉਦੋਂ ਫਿਰ ਮੂਦੇ ਮੂਦ ਢੰਮ ਦੇਣੇ ਡਿੱਗਦਾ ਕਿਉਂ ਜਦੋਂ ਬੰਦਾ ਉੱੜਦਾ ਜਿਵੇਂ ਜਹਾਜ਼ ਉੱੜਦਾ ਨਾ ਤੇ ਉਹਦੀ ਕੀਮਤ ਉਦੋਂ ਤੱਕ ਹੀ ਆ ਜੋ ਫਿਰ ਉਹ ਥੱਲੇ ਵੀ ਆ ਜਵੇ ਫੇਰ ਦੁਬਾਰੇ ਫੇਰ ਉੱਪਰ ਜਾਵੇ ਨਾ ਐਦਾਂ ਹੋ ਨਹੀਂ ਸਕਦਾ ਵੀ ਉੱਪਰ ਹੀ ਉੜਦੇ ਰਹੀਏ ਅਸੀਂ ਧਰਤੀ ਗੱਲ ਦੇਖੀ ਨਾ ਵੀ ਆਪਾਂ ਹੁਣ ਧਰਤੀ ਤੋਂ ਕੀ ਲੈਣਾ ਬੰਟੀ ਬੈਂਸ ਜੀ ਨੇ ਬਹੁਤ ਸਾਰੇ ਆਰਟਿਸਟ ਪੋਲੀਵੁੱਡ ਨੂੰ ਦਿੱਤੇ ਨੇ ਬਹੁਤ ਸਾਰੇ ਆਰਟਿਸਟ ਬਣਾਏ ਨੇ ਅਸੀਂ ਕਹਿ ਸਕਦੇ ਆ ਬੰਟੀ ਬੈਂਸ ਨੇ ਆਪਣੇ ਆਪ ਨੂੰ ਕਿਸ ਤਰ੍ਹਾਂ ਨਾ ਬਣਾਇਆ ਤੇ ਇਸ ਫੀਲਡ ਦੇ ਵਿੱਚ ਇਸਟੈਬਲਿਸ਼ ਕੀਤਾ ਨਹੀਂ ਨਹੀਂ ਮੈਂ ਤੇ ਨਹੀਂ ਬਣਾਇਆ ਆਪਾਂ ਤੇ ਆਪਾਂ ਬੋਪਾ ਉਹ ਵਸ ਮਿਹਨਤ ਕੀਤੀ ਸੋਚ ਸਮਝ ਕੇ ਥੋੜਾ ਜਿਹਾ ਦੇਖ ਕੇ ਧਿਆਨ ਨਾਲ ਤੇ ਵਧੀਆ ਪਛਾਣ ਬਣੀ ਬੋਰ ਪਹਿਲੇ ਵੀ ਇੱਕ ਦੋ ਇੰਟਰਵਿਊ ਚ ਮੈਂ ਦੱਸਿਆ ਵੀ ਪਹਿਲੇ ਦਿਨ ਤੋਂ ਸੋਚਿਆ ਸੀ ਵੀ ਸਟਾਰ ਬੰਦਿਆਂ ਨਾਲ ਆਲਰੇਡੀ ਜਿਹੜੇ ਸਟਾਰ ਬੰਦੇ ਹੁਣ ਉਹਨਾਂ ਨਾਲ ਘੱਟ ਕੰਮ ਕੀਤਾ ਤੇ ਨਵੇਂ ਬੰਦਿਆਂ ਨਾਲ ਜ਼ਿਆਦਾ ਕੀਤਾ ਜਦੋਂ ਨਵੇਂ ਬੰਦਿਆਂ ਨਾਲ ਕੀਤਾ ਜਦੋਂ ਸਾਰੇ ਸਟਾਰ ਬਣੇ ਨੇ ਤੇ ਉਹਦੀ ਵੱਧ ਖੁਸ਼ੀ ਹੋਈ ਅੱਛਾ ਇੱਕ ਹੁੰਦਾ ਨਾ ਕਿ ਟੈਲੈਂਟ ਦੀ ਪਛਾਣ ਹੋ ਜਾਂਦੀ ਹੈ ਕੀ ਕਲਿੱਕ ਕਰਦਾ ਹੈ ਤੁਹਾਡੇ ਤੁਹਾਨੂੰ ਕਿਸੇ ਨੂੰ ਦੇਖ ਕੇ ਜਿਹੜਾ ਤੁਸੀਂ ਉਹਨੂੰ ਸਮਝ ਲੈਂਦੇ ਹੋ ਪਰਖ ਲੈਂਦੇ ਹੋ ਕਿ ਯਾਰ ਇਹ ਕੁਝ ਕਰੂਗਾ ਇਹ ਕੁਝ ਬਣੂਗਾ ਟੈਲੈਂਟ ਵੀ ਹੋਣਾ ਜ਼ਰੂਰੀ ਹੈ ਤੇ ਦੂਜਾ ਬੰਦਾ ਵੀ ਵਧੀਆ ਹੋਣਾ ਜ਼ਰੂਰੀ ਹੈ ਉਦੋਂ ਹੀ ਕਿ ਟੈਲੈਂਟ ਖੜਾ ਮੇਰਾ ਵੀਡੀਓ ਬਣਾਈ ਜਾਂਦਾ ਉਹ ਪਿੱਛੇ ਟੈਲੈਂਟ ਦੇ ਅਸੀਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜਾਰਡਨ ਸੰਤੂ ਜੀ ਖੜੇ ਨੇ ਤੇ ਇਹਨਾਂ ਦੀ ਸਨੈਪਚੈਟ ਬਣਾ ਰਿਹਾ ਹੈ ਉਹ ਵੀ ਆ ਗਏ ਸਾਸਤਰੀ ਕਾ ਉਹਦੇ ਨਾਲ ਜੀ ਲੋ ਜੀ ਮੈਂ ਉਧਰ ਜਿਹੜੇ ਜਿਹੜੇ ਟੈਲੈਂਟ ਦੀ ਇਸ ਟੈਲੈਂਟ ਦੇ ਜਿਨ੍ਹਾਂ ਨੇ ਪਛਾਣ ਕੀਤੀ ਸੀ ਪਛਾਣ ਕੀਤੀ ਸੋ ਵੀ ਨੇ ਦਵਿੰਦਰ ਭਾਜੀ ਯੋ ਯੋ ਡੈਵੀ ਸਿੰਘ ਕਰੋ 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 ਨਹੀਂ ਕਰੋ ਕਰਦੇ ਆਪਾਂ ਕਰਦੇ ਆ ਇਸ ਇਸ ਟੈਲੈਂਟ ਨੂੰ ਪਛਾਣ ਇਹਨਾਂ ਨੇ ਕੀਤੀ ਸੀ ਗੋਡ ਬlesਸ ਇਹ ਜਿਹੜਾ ਗਾਣਿਆਂ ਚ ਬੈਂਸ ਬੈਂਸ ਹੁੰਦਾ ਉਹ ਵੀ ਭਾਜੀ ਨੇ ਦਵਿੰਦਰ ਭਾਈ ਨੇ ਪਾਇਆ ਸੀ ਕਹਿੰਦੇ ਯਾਰ ਬੈਂਸ ਤਾਂ ਬਹੁਤ ਹੋਣਗੇ ਪਰ ਬੈਂਸ ਬੈਂਸ ਕੋਈ ਨਹੀਂ ਹੋਊਗਾ ਇਹ ਬੈਂਸ ਬੈਂਸ ਜਦੋਂ ਫਿਰ ਭਾਈ ਨੇ ਕਿਹਾ ਤੇ ਉਹ ਗਾਣਿਆਂ ਚ ਪਾਉਣਾ ਸ਼ੁਰੂ ਕੀਤਾ ਤੇ ਉਹ ਵਧੀਆ ਰਿਆ ਤੁਸੀਂ ਜਦੋਂ ਵੀ ਪਛਾਣ ਕਿਵੇਂ ਹੁੰਦੀ ਆ ਤੇ ਟੈਲੈਂਟਡ ਤੇ ਹੋਣਾ ਹੀ ਚਾਹੀਦਾ ਬੰਦਾ ਨਾਲ ਦੇ ਨਾਲ ਆਪਣੇ ਕੰਮ ਲਈ ਆਪਣੇ ਆਪ ਲਈ ਇਮਾਨਦਾਰ ਵੀ ਹੋਣਾ ਚਾਹੀਦਾ ਜਦੋਂ ਬੰਦਾ ਐਦਾਂ ਦਾ ਹੋਵੇ ਨਾ ਮਿਹਨਤੀ ਹੋਵੇ ਆਪਣੇ ਆਪ ਲਈ ਆਪਣੇ ਕੰਮ ਲਈ ਇਮਾਨਦਾਰ ਹੋਵੇ ਟੈਲੈਂਟਡ ਹੋਵੇ ਫਿਰ ਆਪਣੇ ਆਪ ਸਾਰਾ ਕੁਝ ਠੀਕ ਹੋ ਜਾਂਦਾ ਮੈਨੂੰ ਲੱਗਦਾ ਹੁੰਦਾ ਵੀ ਚਾਹੇ ਉਹ ਆਰਟਿਸਟ ਆ ਚਾਹੇ ਕਲਾਕਾਰ ਆ ਚਾਹੇ ਅ ਖਾਸ ਕਰਕੇ ਜਿਹੜਾ ਆਰਟਿਸਟ ਜਾਂ ਕਲਾਕਾਰ ਬੰਦਾ ਉਹ ਉਹ ਉਹਨੂੰ ਉਹ ਆਪਣੇ ਆਪ ਨੂੰ ਉਹਨੇ ਬੈਟਰ ਤਰੀਕੇ ਨਾਲ ਮੈਨੇਜ ਨਹੀਂ ਕਰ ਸਕਦਾ ਹੁੰਦਾ ਜਿੰਨਾ ਉਹ ਵਧੀਆ ਕਲਾਕਾਰ ਜਾਂ ਆਰਟਿਸਟ ਹੁੰਦਾ ਬਹੁਤ سارے ਕਲਾਕਾਰ ਬਹੁਤ سارے ਆਰਟਿਸਟ ਐਦਾਂ ਦੇ ਹੁੰਦੇ ਨੇ ਜਿਹੜੇ ਬਹੁਤ ਵਧੀਆ ਹੁੰਦੇ ਨੇ ਪਰ ਜਦੋਂ ਉਹਨਾਂ ਨੂੰ ਕੋਈ ਮੈਨੇਜ ਕਰਨ ਵਾਲਾ ਹੋਵੇ ਟੀਮ ਹੋਵੇ ਤੇ ਉਹ ਹੋਰ ਬੈਟਰ ਤਰੀਕੇ ਨਾਲ ਕੰਮ ਕਰਦੇ ਨੇ ਤੇ ਜੀ ਗੱਲ ਕਰੀਏ ਲਿਰਿਸਿਸਟ ਲਿਖਣਾ ਤੁਸੀਂ ਸ਼ੁਰੂ ਕੀਤਾ ਹੁਣ ਪ੍ਰੋਡਕਸ਼ਨ ਉਸ ਤੋਂ ਬਾਅਦ ਬਹੁਤ ਸਾਰੇ ਕੰਮ ਨੇ ਜਿਹੜੇ ਤੁਸੀਂ ਆਪਣੇ ਅੰਡਰ ਹੁਣ ਲੈ ਲੈਂਦੇ ਆ ਕਈ ਵਾਰ ਕਨਫਿਊਜ਼ ਹੋ ਜਾਂਦੇ ਹੋ ਕਰਦ ਲੱਗਦਾ ਤੁਹਾਨੂੰ ਇਦਾਂ ਯਾਰ ਕਿੰਨਾ ਕੁਝ ਹੋ ਗਿਆ ਜਾਂ ਫਿਰ ਹਾਲੇ ਵੀ ਤੁਹਾਨੂੰ ਲੱਗਦਾ ਕਿ ਯਾਰ ਹਾਲੇ ਬੜਾ ਕੁਝ ਪਿਆ ਨਹੀਂ ਐਦਾਂ ਦਾ ਕੁਝ ਨਹੀਂ ਹੈ ਕਿਉਂਕਿ ਜਦੋਂ ਤੁਹਾਡੇ ਨਾਲ ਟੀਮ ਹੁੰਦੀ ਆ ਤੇ ਬਹੁਤ ਸਾਰੇ ਟੀਮ ਚ ਕਿੰਨੇ ਕਿੰਨੇ ਹੁਣ ਤੱਕ ਕਿੰਨੇ ਲੋਕ ਨੇ ਤੇ ਜਦੋਂ ਤੁਹਾਡੇ ਨਾਲ ਟੀਮ ਹੁੰਦੀ ਆ ਤੁਹਾਡੇ ਸਹਿਯੋਗੀ ਹੁੰਦੇ ਨੇ ਤੇ ਫਿਰ ਉਹ ਕੰਮ ਵੀ ਵੰਡੇ ਜਾਂਦੇ ਨੇ ਤੇ ਤੁਹਾਡੇ ਤੇ ਜਿਹੜਾ ਕੰਮ ਦਾ ਬੋਝ ਹੁੰਦਾ ਉਹ ਕਈ ਵਾਰੀ ਘਟ ਜਾਂਦਾ ਹੈ ਪਹਿਲੇ ਜਦੋਂ ਮੈਂ ਇਕੱਲੇ ਨੇ ਸ਼ੁਰੂ ਕੀਤਾ ਸੀ ਜਦੋਂ ਵੈਸੇ ਤਾਂ 2007 ਚ ਸ਼ੁਰੂ ਕਰ ਲਿਆ ਸੀ ਪਰ ਹੌਲੀ ਹੌਲੀ ਜਦੋਂ ਚੰਗੇ ਤਰੀਕੇ ਨਾਲ 2011-12 ਚ ਬਿਲਕੁਲ ਹੀ ਇਕੱਲੇ ਨੇ ਸ਼ੁਰੂ ਕੀਤਾ ਉਸ ਵੇਲੇ ਔਖਾ ਸੀ ਕਿਉਂ ਇੱਕ ਬੰਦਾ ਇੱਕੋ ਹੀ ਕੰਮ ਕਰ ਸਕਦਾ ਜਿਵੇਂ ਉਹ ਸ਼ੋਅਸ ਤੇ ਵੀ ਜਾਣਾ ਉਹਨੇ ਜੇ ਉਹਨੇ ਗਾਣੇ ਵੀ ਲਿਖਣੇ ਨੇ ਗਾਣੇ ਬਣਾਉਣੇ ਵੀ ਨੇ ਵੀਡੀਓ ਵੀ ਬਣਾਉਣੇ ਨੇ ਪੋਸਟਰ ਵੀ ਬਣਵਾਉਣੇ ਨੇ ਕਿੱਦਾਂ ਦੇ ਮਿਊਜ਼ਿਕ ਵੀ ਠੀਕ ਤਰੀਕੇ ਨਾਲ ਬਣਵਾਉਣਾ ਹੈ ਵੀਡੀਓਜ਼ ਵੀ ਐਡਿਟ ਠੀਕ ਤਰੀਕੇ ਨਾਲ ਕਰਵਾਉਣੇ ਨੇ ਇੱਕ ਬੰਦਾ ਉਹਨੇ ਕੰਮ ਨਹੀਂ ਕਰ ਸਕਦਾ ਤੇ ਹੌਲੀ 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 ਫਿਰ ਉਸ ਤਰੀਕ ਨੂੰ ਉਸ ਚੀਜ਼ ਨੂੰ ਟੀਮ ਬਣਾਈ ਟੀਮ ਬਣਾ ਕੇ ਹੌਲੀ 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 ਹੁਣ ਵੀ ਟੀਮ ਦੇ ਵਿੱਚ ਜਿਹੜੇ ਨਵੇਂ ਬੰਦੇ ਜਿੰਨੇ ਵੀ ਨਾਲ ਜੁੜਦੇ ਨੇ ਉਹਨਾਂ ਨੂੰ ਸਿੱਖਣ ਨੂੰ ਜਾਂ ਸਮਝਣ ਨੂੰ ਕਿ ਮੇਰਾ ਕਿਵੇਂ ਦਾ ਟੈਸਟ ਆ ਜਾਂ ਮੇਨ ਨੂੰ ਕਿਵੇਂ ਦੀ ਚੀਜ਼ ਚਾਹੀਦੀ ਆ ਸਾਲ ਡੇਢ ਸਾਲ 2 ਸਾਲ ਲੱਗ ਜਾਂਦੇ ਨੇ ਤਾਂ ਹੁਣ ਸਾਰੀ ਟੀਮ ਐ ਤੇ ਸਟਰੋਂਗਲੀ ਉਸ ਉਹ ਟੀਮ ਨੂੰ ਕੰਮ ਵੰਡ ਕੇ ਦੇਤੇ ਵੀ ਭਾਈ ਤੇਰਾ ਆ ਕੰਮ ਐ ਤੂੰ ਪੀਆਰ ਦੇਖਣੀ ਆ ਵੀ ਤੂੰ ਆਰਟਿਸਟਾਂ ਤੇ ਅਲੱਗ-ਅਲੱਗ ਬੰਦੇ ਲਾਤੇ ਵੀ ਤੂੰ ਆਰਟਿਸਟ ਨਾਲ ਟਰੈਵਲ ਕਰਨ ਵਾਲੇ ਅਲੱਗ ਨੇ ਉਹਨਾਂ ਨੂੰ ਮੈਨੇਜ ਕਰਨ ਵਾਲੇ ਸ਼ੋਜ਼ ਦੇਖਣ ਵਾਲੇ ਅਲੱਗ ਨੇ ਸਾਰੇ ਇਵੈਂਟਸ ਦੇਖਣ ਵਾਲੇ ਅਲੱਗ ਨੇ ਤੇ ਮੈਂ ਹੁਣ ਮੇਨ-ਮੇਨ ਜਿਹੜੇ ਕੰਮ ਨੇ ਉਹ ਦੇਖਦਾ ਤੇ ਫਿਰ ਜਦੋਂ ਟੀਮ ਨੂੰ ਵੀ ਪਤਾ ਲੱਗ ਜਾਂਦਾ ਵੀ ਇਦਾਂ ਦਾ ਕੰਮ ਹੈ ਇਹ ਆ ਉਹ ਵੀ ਫਿਰ ਆਪਣੇ ਆਪ ਵੀ ਕੰਮ ਕਰਦੇ ਰਹਿੰਦੇ ਨੇ ਤੇ ਆਪਣੇ ਅਬਸੈਟ ਹੋ ਗਿਆ ਫਿਰ ਹੁਣ 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 ਉਲਝਦਾ ਨਹੀਂ ਆ ਕੰਮ ਤੇ ਹੁਣ ਠੀਕ ਆ ਲੂਪ ਚ ਪੈ ਗਿਆ ਹੁਣ ਨਹੀਂ ਵੈਸੇ ਲੱਗਦਾ ਵੀ ਨਹੀਂ ਕਿ ਤੁਸੀਂ ਕਿਸੇ ਕੰਮ ਨੂੰ ਉਲਝਾਓਗੇ ਨਾ 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 ਉਲਝਾਉਣ ਵਾਲਾ ਕੰਮ ਹੀ ਨਹੀਂ ਕੋਈ ਇੱਕ ਸਭ ਤੋਂ ਵੱਡੀ ਗੱਲ ਵੀ ਸਟ्रेस ਨਹੀਂ ਲਈ ਦੀ ਜੇ ਕੁਝ ਗੜਬੜ ਵੀ ਹੋ ਜੇ ਕਈ ਵਾਰੀ ਐਦਾਂ ਹੁੰਦਾ ਕਿਉਂਕਿ ਸਾਰੇ ਗਾਣੇ ਤੇ ਸਾਰੀਆਂ ਇਜਾਂ ਤੇ ਓਨੀ ਮਿਹਨਤ ਨਾਲ ਹੀ ਬਣਾਉਣੇ ਆ ਆਪਾਂ ਤੇ ਕਈ ਵਾਰੀ ਐਦਾਂ ਹੁੰਦਾ ਵੀ ਕਈ ਵਾਰੀ ਗਾਣਾ ਕੋਈ ਐਦਾਂ ਦਾ ਬਣਾਇਆ ਕਿ ਉਹਦਾ ਉਹਨਾਂ ਰਿਸਪੌਂਸ ਨਹੀਂ ਆਇਆ ਜਾਂ ਉਹ ਚੀਜ਼ ਖਰਾਬ ਹੋ ਗਈ ਇੱਕ ਦਾ ਨਹੀਂ ਜੇ ਕਈ ਵਾਰੀ 5-4 ਚੀਜ਼ਾਂ ਦਾ ਵੀ ਰਿਸਪੌਂਸ ਨਹੀਂ ਆਇਆ ਤਾਂ ਉਹ ਸਟ੍ਰੈਸ ਨਹੀਂ ਲਈਦੀ ਆਪਣੇ ਤੇ ਤੇ ਉਹਨੂੰ ਬੜਾ ਈਜ਼ੀ ਬੜੇ ਆਰਾਮ ਨਾਲ ਬੜੇ ਐਨ ਚਿੱਲ ਕਰੀਦਾ ਤੇ ਆਪਣੇ ਆਪ ਹੀ ਸੈੱਟ ਰਹਿੰਦਾ ਫਿਰ ਕੰਮ ਸਾਰਾ ਕੁਝ ਮਤਲਬ ਪੋਜ਼ਿਟਿਵਿਟੀ ਨਾਲ ਸਭ ਕੁਝ ਵਧੀਆ ਹੋ ਜਾਂਦਾ ਹਾਂ ਤੁਸੀਂ ਵਧੀਆ ਰਹੋ ਵਧੀਆ ਸੋਚਦੇ ਰਹੋ ਆਪਣੇ ਆਪ ਹੀ ਠੀਕ ਹੋ ਜਾਣਾ ਜੇ ਆਪਾਂ ਐਵੇਂ ਉਸ ਚੀਜ਼ ਨੂੰ ਫੜ ਕੇ ਬੈਠ ਕੇ ਵੀ ਯਾਰ ਆਪਾਂ ਤਾਂ ਮਰ ਗਏ ਲੁੱਟ ਗਏ ਆਪਾਂ ਤਾਂ ਉੱਠੀ ਨਾ ਆਫਿਸ 'ਚ ਨਾ ਜਾਈ ਬਿਲਕੁਲ ਜੀ ਤੇ ਹੁਣ ਤੁਸੀਂ ਥੋੜੀ ਦੇਰ ਪਹਿਲੇ ਗੱਲ ਕਰ ਰਹੇ ਸੀ ਕਿ ਗੋਦ ਚੋਂ ਜਿਹੜੇ ਕਈ ਬੱਚੇ ਹੁੰਦੇ ਔਰ ਜੰਪ ਮਾਰ ਕੇ ਬਾਹਰ ਨਿਕਲ ਜਾਂਦੇ ਆ ਐਸੇ ਕਿਹੜੇ ਬੱਚੇ ਆ ਇਹ ਤੁਸੀਂ ਕਹਿਆ ਸੀਗਾ ਵੀ ਇਹ ਇਹ ਦੇਖੋ ਇਹ ਬੜੇ ਨਿਆਣਿਆਂ ਨੂੰ ਗੋਦ ਲਿਆ ਹੋਇਆ ਇਹਨਾਂ ਨੇ ਮੈਂ ਕਹਿ ਰਿਹਾ ਸੀ ਹਾਂ ਲਿਆ ਹੋਇਆ ਅੱਜ ਵੀ ਇੱਕ ਨਿਆਣੇ ਨੂੰ ਹੋਰ ਗੋਦ ਲਿਆ ਤੇ ਮੈਂ ਦੱਸਦਾ ਸੀ ਮੈਂ ਕਈ ਨਿਆਣੇ ਗੋਦੀ ਚੋਂ ਛਾਲ ਮਾਰ ਕੇ ਭੱਜ ਜਾਈ ਜਾਂਦੇ ਨੇ ਤੇ ਉਹ ਕਿਹੜੇ ਨਿਆਣੇ ਨੇ ਜਿਹੜੇ ਗੋਦੀ ਚੋਂ ਛਾਲ ਮਾਰ ਕੇ ਭੱਜ ਗਏ ਨਹੀਂ ਬਹੁਤ ਨਿਆਣੇ ਨੇ ਜਿਹੜੇ ਛਾਲ ਮਾਰ ਕੇ ਭੱਜ ਜਾਂਦੇ ਨੇ ਕਈ ਵਾਰੀ ਨਿਆਣੇ ਉਡਾਰ ਹੋ ਜਾਂਦੇ ਨੇ ਫਿਰ ਉਹ ਉਹਨਾਂ ਨੂੰ ਹੁੰਦਾ ਉਹ ਜੀ ਅਸ ਯੂਰੋਪਾ ਜਾਂਦੇ ਨੇ ਕਿਵੇਂ ਫਿਰ 6:00 ਵੀ ਵੱਜਦੀ ਹੈ ਉਹਨਾਂ ਦੇ ਭੱਜੇ ਜਾਂਦੇ ਹਨ ਫਿਰ ਓਖੜ ਕੇ ਡਿੱਗਦੇ ਨੇ ਫਿਰ 7:00 ਜਿਆਦੇ ਵੱਜਦੀ ਹੈ ਦੁੱਖ ਤਾਂ ਹੁੰਦਾ ਹੀ ਆ ਫਿਰ ਵੀ ਆਪਣੇ ਆਪ ਨੂੰ ਵੀ ਆਰ ਉਹਦੇ 6:00 ਵਜੇ ਪਰ ਫਿਰ ਹੁਣ ਕੀ ਮਤਲਬ ਪੱਟੀ ਵੀ ਨਹੀਂ ਕਰਾਉਣ ਆਉਂਦੇ ਇਹ ਕਿਸੇ ਦੇ ਵਾਲੀ ਇਸ਼ਾਰਾ ਜਾ ਰਿਹਾ ਹੈ ਯਕੀਨੀ ਗੱਲ ਕਰ ਰਿਹਾ ਹੈ ਕਿਸੇ ਵਾਲ ਨਹੀਂ ਹੈ ਸਾਰਿਆਂ ਲਈ ਹੈ ਇੱਕ ਕਾਮਨ ਗੱਲ ਆ ਕਿਸੇ ਲਈ ਵੀ ਮੈਂ ਆਪਣੀ ਗੱਲ ਨਹੀਂ ਕਰਦਾ ਕਿਸੇ ਲਈ ਵੀ ਜੇ ਤੁਹਾਡੇ ਨਿਆਣੇ ਜਦੋਂ ਮੂਦੇ ਮੂਹ ਡਿੱਗਦੇ ਫਿਰਦੇ ਹੁੰਦੇ ਨੇ ਤੇ ਤੁਹਾਨੂੰ ਦੁੱਖਤਾ ਹੁੰਦਾ ਹੀ ਆ ਕਿਉਂਕਿ ਤੁਸੀਂ ਬਣਾਇਆ ਹੁੰਦਾ ਜਿਹੜੀ ਚੀਜ਼ ਨੂੰ ਸਿਰ ਤੋਂ ਪੈਰਾਂ ਤੱਕ ਦਿਨ ਰਾਤ ਸੋਚ ਕੇ ਤੇ ਉਹ ਜਦੋਂ ਕੋਈ ਪਟਕਦਾ ਫਿਰਦਾ ਹੁੰਦਾ ਨਿਆਣਾ ਤੇ ਤੁਹਾਨੂੰ ਦੁੱਖ ਹੁੰਦਾ ਹੀ ਆ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਇੰਨੀ ਅਹਿਮੀਅਤ ਦਿੰਦੇ ਆ ਜਿਹਦੇ ਨਾਲ ਵੀ ਗੱਲ ਕਰ ਲੋ ਇਹ ਕਹਿੰਦੇ ਇੱਕ ਬੰਟੀ ਬੈਂਸ ਜੀ ਮੇਰੇ ਲਈ ਇੱਕ ਬਹੁਤ ਵੱਡੇ ਰੋਲ ਮਾਡਲ ਹੈ ਉਹਨਾਂ ਨੇ ਮੈਨੂੰ ਬਣਾਇਆ ਉਹਨਾਂ ਨੇ ਮੇਰੇ ਨਾਲ ਕੰਮ ਕੀਤਾ ਇਹੋ ਜੀਆਂ ਗੱਲਾਂ ਸੁਣ ਕੇ ਤੁਹਾਨੂੰ ਕਿਹੋ ਜਿਹਾ ਫੀਲ ਹੁੰਦਾ ਬਹੁਤ ਵਧੀਆ ਫੀਲ ਹੁੰਦਾ ਪਰ ਉਦੋਂ ਵੀ ਬਹੁਤ ਵਧੀਆ ਫੀਲ ਹੁੰਦਾ ਜਦੋਂ ਕਈ ਨਿਆਣੇ ਮਗਰੋਂ ਭੁੱਲ ਵੀ ਜਾਂਦੇ ਨੇ ਉਹ ਫਿਰ ਇੰਟਰਵਿਊ 'ਚ ਨਾਮ ਵੀ ਨਹੀਂ ਲੈਂਦੇ ਜੇ ਤੁਹਾਡੇ ਵਰਗਾ ਕੋਈ ਪੁੱਛ ਵੀ ਲਵੇ ਵੀ ਹਾਂਜੀ ਬੰਟੀ ਬੈਂਸ ਬਾਰੇ ਤੁਹਾਡਾ ਕੀ ਕਹਿਣਾ ਉਹ ਕਹਿੰਦੇ ਨੇ ਹਾਂਜੀ 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 ਉਹ ਦੋਸਤ ਸਨ ਸਾਡੇ ਫਲਾਣੇ ਦੋਸਤ ਦੇ ਦੋਸਤ ਸਨ ਉਹ ਬੋਲਾ ਉਹ dielagda ਨਾਲ ਗੱਲ ਕਰਕੇ ਪਤਾ ਹੀ ਨਹੀਂ ਲੱਗਦਾ ਟਾਈਮ ਕਿੱਦਾਂ ਨਿਕਲ ਰਿਹਾ ਹੈ। ਆ ਦੇਖੋ ਚਾਹ ਮੈਂ ਪੀ ਲਈ ਥੋੜੀ ਠੰਡੀ ਹੋ ਗਈ। ਮੇਰੀ ਠੰਡੀ ਹੋ ਗਈ। ਇਹ ਤਾਂ ਦੁਬਾਰਾ ਗਰਮ ਕਰਾ ਕੇ ਪੀਵਾਂਗੀ। ਹਾਂ ਦੁਬਾਰਾ ਗਰਮ। ਕਾਫੀ ਪੀ ਲਾਂਗੇ। ਨਾ ਚਾਹ। ਉਹ ਜਿਵੇਂ ਮੈਂ ਗਾਣੇ 'ਚ ਲੈਣ ਪਾਈ ਸੀ ਜਿੱਥੇ ਬੈਂਸ ਬੈਂਸ ਖੜੂ ਕਿ ਕਨੇਡਾ ਰੀਸ ਕਰੂ ਟੱਪ ਸਕਦੀ ਨਹੀਂ ਕਾਫੀ ਜਿਵੇਂ ਚਾਹ ਤੂੰ ਸੋ ਚਾਹ ਤੋਂ ਕਾਫੀ ਕਦੇ ਵੀ ਟੱਪ ਨਹੀਂ ਸਕਦੀ ਆਪਣੇ ਲਈ। ਇਹ ਜਾਣ ਤੋਂ ਪਹਿਲੇ ਇਸ ਇੰਟਰਵਿਊ ਦੀ ਐਂਡਿੰਗ ਆਪਾਂ ਕਿਸੇ ਐਸੀਆਂ ਲਾਈਨਾਂ ਤੋਂ ਕਰਾਂਗੇ ਜਿਹੜੀਆਂ ਤੁਸੀਂ ਲਿਖੀਆਂ ਹੋਣ ਪਰ ਅੱਜ ਤੱਕ ਤੁਹਾਨੂੰ ਸੁਣਾਉਣ ਦਾ ਜਾਂ ਦੱਸਣ ਦਾ ਮੌਕਾ ਨਾ ਮਿਲਿਆ ਹੋਵੇ ਵਾਹ 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 ਐਦਾਂ ਦੀਆਂ ਲਾਈਨਾਂ ਬਹੁਤ ਸਾਰੀਆਂ ਨੇ ਹੁਣ ਇੱਕਦਮ ਤੁਸੀਂ ਜਿਵੇਂ ਪੁੱਛ ਲਿਆ ਤਾਂ ਦਿਮਾਗ 'ਚ ਆਉਣੀਆਂ ਨਹੀਂ ਤੇ ਕਿਸੇ ਗਾਣੇ ਦੀਆਂ ਲਾਈਨਾਂ ਜਾਂ ਸ਼ੇਅਰ ਦੀਆਂ ਲਾਈਨਾਂ ਯਾਦ ਕਰ ਲੈਣਾ ਮੈਂ ਪਰ ਐਦਾਂ ਦੀਆਂ ਬਹੁਤ ਸਾਰੀਆਂ ਲਾਈਨਾਂ ਨੇ ਪਰ ਕਈ ਵਾਰੀ ਐਦਾਂ ਹੁੰਦਾ ਵੀ ਮੈਂ ਸਟੇਟਸ ਪਾ ਦਿੰਨਾ ਪਹਿਲਾਂ ਜਿਵੇਂ ਬਹੁਤ ਸਾਰੀਆਂ ਲਾਈਨਾਂ ਐਡਾਂ ਦੀਆਂ ਸੀ ਜਿਹੜੀਆਂ ਮੈਂ ਸਟੇਟਸ ਪਾ ਦਿੰਦਾ ਸੀ ਤੇ ਉਹਨਾਂ ਤੋਂ ਵੀ ਫਿਰ ਗਾਣੇ ਬਣਾ ਲਈਦੇ ਸੀ ਜਿਵੇਂ ਇੱਕ ਗਾਣਾ ਸੀ ਤੇਰੇ ਸ਼ਹਿਰ ਮੁਹਾਲੀ ਨੂੰ ਤੁਰਦਿਆਂ ਜਦੋਂ ਜਲੰਧਰ ਤੋਂ ਤੇਰੇ ਨਾਲ ਬਿਤਾਏ ਦਿਨ ਮੈਂ ਵੇਖਾਂ ਜਦੋਂ ਕਲੰਡਰ ਤੋਂ ਤੈਨੂੰ ਯਾਦ ਕਰਾਂ ਤੁਰੰਦਰ ਤੋਂ ਉਹ ਮੈਂ ਸਟੇਟਸ ਪਾਇਆ ਸੀ ਮੈਂ ਜਲੰਧਰ ਤੋਂ ਉਦੋਂ ਸਵੇਰੇ ਸਵੇਰੇ 6-7 ਵਜੇ ਮੁਹਾਲੀ ਨੂੰ ਤੁਰਨ ਲੱਗਿਆ ਸੀ ਐਵੇਂ ਫੇਸਬੁੱਕ ਇੰਸਟਾਗ੍ਰam ਸਨੈਪਚੈਟ ਤਾਂ ਉਹਨਾਂ ਯੂਜ਼ ਨਹੀਂ ਕਰਦੇ ਲੋਕ ਇੰਸਟਾਗ੍ਰam ਸ਼ਾਇਦ ਹੈ ਨਹੀਂ ਸੀ ਸਨੈਪਚੈਟ ਹੁੰਦੀ ਸੀ ਪਰ ਯੂਜ਼ ਨਹੀਂ ਕਰਦੇ ਲੋਕ ਤੇ ਉਦੋਂ ਮੈਂ ਸਟੇਟਸ ਪਾਇਆ ਸੀ ਤੇਰੇ ਸ਼ਹਿਰ ਮੁਹਾਲੀ ਨੂੰ ਤੋਤਾ ਹਾਂ ਜਦੋਂ ਜਲੰਧਰ ਤੋਂ ਤੇਰੇ ਨਾਲ ਬਿਤਾਏ ਦਿਨ ਮੈਂ ਵੇਖਾਂ ਜਦੋਂ ਕਲੰਡਰ ਤੋਂ ਤੈਨੂੰ ਯਾਦ ਕਰਾਂ ਤੁਰੰਦਰ ਤੋਂ ਤੇ ਉਹ ਬੜਾ ਪਸੰਦ ਕੀਤਾ ਗਿਆ ਸੀ ਗਾਣਾ। ਹੋਰ ਕਿਹੜੇ ਪ੍ਰੋਜੈਕਟਸ ਨੇ ਜਿਹੜੇ ਅੱਗੇ ਲੈ ਕੇ ਆ ਰਹੇ ਹੋਏ ਨੇ ਜਿਨ੍ਹਾਂ ਤੇ ਕੰਮ ਚੱਲ ਰਿਹਾ। ਬਹੁਤ ਸਾਰੇ ਗਾਣੇ ਨੇ, ਗਾਣੇ ਵੀ ਪਲਾਨ ਹੋ ਰਹੇ ਨੇ ਜਿਹੜੇ ਆਰਟਿਸਟ ਆਲਰੇਡੀ ਜਿਨ੍ਹਾਂ ਨੂੰ ਜਾਣਦੇ ਨੇ ਸਾਰੇ ਉਹਨਾਂ ਦੇ ਵੀ ਨਵੇਂ ਆਰਟਿਸਟ ਨੇ, ਨਵੇਂ ਕਲਾਕਾਰ ਨੇ ਜਿਵੇਂ ਟਾਈਸਨ ਸਿੱਧੂ ਨਵਾਂ ਆਰਟਿਸਟ ਹੈ। ਉਹਦੇ ਬਹੁਤ ਸਾਰੇ ਗਾਣੇ ਨਵੇਂ ਜਾਰਡਨ ਦੇ ਤਾਂ ਆ ਹੀ ਰਹੇ ਨੇ, ਜੈਨੀ ਦੇ ਆ ਰਹੇ ਨੇ। ਹਿਮਾਂਸ਼ੀ ਖੁਰਾਣਾ ਦਾ ਅਗਲਾ ਗਾਣਾ ਇੱਕ ਆ ਗਿਆ ਆ ਰਿਹਾ ਹੈ। ਅਹਿਨ ਕਰਕੇ ਇੱਕ ਸਾਡਾ ਮੁੰਡਾ ਹੈ। I MTV unplugged ਦੇ ਵਿੱਚ ਵੀ ਹੋਣੇਗਾ ਕਿ ਆਸੀ ਉਹਦੇ ਗਾਣੇ ਬਹੁਤ ਵਧੀਆ ਜਿਹੜੇ ਪੂਰੇ ਅਸੀਂ ਉਹਦਾਂ ਦੇ ਗਾਣੇ ਬਣਾਏ ਨੇ ਕਿ ਪੈਨ ਇੰਡੀਆ ਪੂਰੇ ਸਾਰੇ ਲੋਕ ਉਹਨਾਂ ਨੂੰ ਸੁਣਨ ਤੇ ਉਹਦੇ ਤੋਂ ਬਾਅਦ ਨਵਨੀਤ ਮਾਨ ਇੱਕ ਕੁੜੀ ਆ ਸਾਡੀ ਆਰਟਿਸਟ ਬੜੀ ਟੈਲੈਂਟਡ ਆ ਉਹ ਵੀ ਉਹਦੇ ਵੀ ਚਾਰ ਪੰਜ ਵੀਡੀਓ ਬਣਾ ਲਏ ਨੇ ਤੇ ਬਹੁਤ ਸਾਰੇ ਕਲਾਕਾਰ ਨੇ ਬਹੁਤ ਸਾਰੇ ਗਾਣੇ ਨੇ ਜਿਹੜੇ ਗੁਰਪਿੰਦਰ ਪਨਾਗ ਆ ਮੁੰਡਾ ਸਾਡਾ ਜਿਹਨੂੰ ਇਸ ਸਾਲ ਅਸੀਂ 3 ਚਾਰ ਆਰਟਿਸਟ ਨੇ ਜਿਹਨਾਂ ਨੂੰ ਲਾਂਚ ਕਰ ਰਹੇ ਹਨ ਤੇ ਪ੍ਰੋਪਰ ਤਰੀਕੇ ਨਾਲ ਉਹਨਾਂ ਨੇ ਚਾਰ ਚਾਰ ਪੰਜ ਪੰਜ ਵੀਡੀਓ ਕਰ ਲਏ ਨੇ ਸਾਰਿਆਂ ਲਾਂਚ ਕਰਨ ਲੱਗੇ ਹੋਏ ਆ ਤੇ ਨਾਲ ਨਾਲ ਜਿਵੇਂ ਫਿਲਮਾਂ ਜਾਰਡਨ ਦੀ ਤੀਜੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਲਈ ਹੈ ਤਜੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਲਈ ਹੈ ਤੇ ਦੋ ਤਿੰਨ ਖੁਦ ਵੀ ਫਿਲਮਾਂ ਪ੍ਰੋਡਿਊਸ ਕਰ ਰਹੇ ਆ ਤੇ ਬਸ ਦਿਨ ਰਾਤ ਲੱਗੇ ਹੋਇਆ ਮਿਹਨਤਾਂ ਕਰ ਰਹੇ ਆ ਇੰਤਜ਼ਾਰ ਰਹੇਗਾ ਤੁਹਾਡੇ ਸਾਰੇ ਪ੍ਰੋਜੈਕਟਸ ਲਈ ਕਿਉਂਕਿ ਸੁਣ ਕੇ ਹੀ ਐਕਸਾਈਟਮੈਂਟ ਹੋ ਗਈ ਹੈ ਬਹੁਤ ਵਧੀਆ ਲੱਗਾ ਤੁਹਾ ਨਾਲ ਗੱਲ ਕਰਕੇ 올 ધ ਵੈਰੀ ਬੈਸਟ ਟੂ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਤੁਸੀਂ ਬੜੇ ਚੰਗੇ ਲੱਗੇ ਕੈਮਰੇ ਦੇ ਪਿੱਛੇ ਖੜੇ ਨੇ ਹਰਦੀਪ ਜੀ ਉਹ ਵੀ ਬੜੇ ਵਧੀਆ ਲੱਗੇ ਪੱਗ ਬੜੀ ਸੋਹਣੀ ਮੰਨੀ ਹੋਈ ਆ ਉਹਨਾਂ ਨੇ ਉਹਨਾਂ ਦੀ ਫੋਟੋ ਦਿਖਾਇਆ ਕਰੋ ਕਦੇ ਕਦੇ ਇੰਟਰਵਿਊ ਵਿੱਚ ਤੁਸੀਂ ਬਸ ਤੁਸੀਂ ਕਹਿ ਤਾਂ ਹੁਣ ਅਗੇ ਤਾਂ ਜਰੂਰ ਦਿਖਾਓ ਮੇ ਓਕੇ ਸ਼ੁਕਰੀਆ ਮਿਹਰਬਾਨੀ ਦਾ ਫਿਲਮ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਾਲੇ ਤੁਸੀਂ ਦਾ ਫਿਲਮ ਦਾ ਜਿਹੜਾ ਚੈਨਲ ਆ ਉਹ ਸਬਸਕ੍ਰਾਈਬ ਕਰ ਲਓ ਇਹ ਬੜੇ ਵਧੀਆ ਇੰਟਰਵਿਊਜ਼ ਬੜੀਆਂ ਵਧੀਆਂ ਖਬਰਾਂ ਪੋਲੀਵੁੱਡ ਦੀਆਂ ਤੇ ਤੁਹਾਨੂੰ ਦਿੰਦੇ ਰਹਿੰਦੇ ਨੇ ਤੇ ਦਿੰਦੇ ਰਹਿਣਗੇ ਥੈਂਕ ਯੂ ਸੋ ਮਚ ਜੀ ਜਿੱਦਾਂ ਤੁਸੀਂ ਸੁਣ ਲਿਆ ਤੇ ਦਾ ਫਿਲਮ ਨੂੰ ਸਬ ਹਰ ਸਿਮਰਨ ਜੀ ਤੁਹਾਡਾ ਵੀ ਥੈਂਕ ਯੂ ਹਾਂ ਜਿੱਦਾਂ ਜਿੱਦਾਂ ਤੁਸੀਂ ਸੁਣ ਲਿਆ ਅੱਗੇ ਸ਼ੁਰੂ ਕਰ ਲਓ ਜਿੱਦਾਂ ਤੁਸੀਂ ਸੁਣ ਲਿਆ ਕਿ ਜੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ ਅਸੀਂ ਤੁਹਾਨੂੰ ਮਿਲਾਂਗੇ ਅਗਲੀ ਵਾਰੀ ਸਤਿ ਸ਼੍ਰੀ ਅਕਾਲ ਸਾਡੀ ਹਰ ਲੇਟੈਸਟ ਵੀਡੀਓ ਬਾਰੇ ਨੋਟੀਫਿਕੇਸ਼ਨ ਲਈ ਪ੍ਰੈਸ ਕਰੋ ਬੈਲ ਆਈਕਨ ਅਤੇ ਸਬਸਕ੍ਰਾਈਬ ਕਰੋ ਦਾ ਫਿਲਮਸ ਨੂੰ